आज मैं बनूंगी हसन की मेकअप आर्टिस्ट। उसने पहली दफा सो गाइस लाली मारी ना। हेलो जी, अस्सलाम वालेकुम, दिस इज मी हसन आसिफ एंड वेलकम टू माय यूट्यूब चैनल। तो कैसे हैं आप सब, ठीक ठाक हैं? तो गाइस, आज का कुछ सीन ऐसे है कि मैं आज सुबह जो है ना कि बहुत ही ज्यादा लेट उठा। अच्छा, तो मैं जिंदगी में इतना ज्यादा लेट नहीं कभी उठा जितना मैं आज लेट उठा हूँ। मैं तकरीबन रात को सोया हूँ अपना कुछ 6 बजे, 6:30 बजे फजर की नमाज पढ़ के ना। तो अभी सुबह मैं उठा हूँ तकरीबन मगरब के ठीक है। वक्त, इतना लेट उठा हूँ। उसके बाद घर के काम वगैरह सारे करने के बाद अभी मैं फ्री हुआ। तो फ्री होते साथ ही नूर साहब ने मुझे कह दिया जी कि अभी टाइम भी बहुत ज्यादा हो गया बाहर, क्योंकि एक्टिविटी भी नहीं हो सकेगी। बात तो सही है। तो ऐसा करते हैं, हम घर में कुछ करते हैं। मैंने कहा ठीक है, कर लेते हैं। तो नूर साहब ने देखो जी क्या कह दिया मुझे, कहा क्या कहा नूर साहब, आज मैं बनूंगी हसन की मेकअप आर्टिस्ट। अभी मजा आएगा ना भिड़। उसने पहली दफा इससे मुझे कहा था दूसरी दफा मैं करूंगी। मैंने बोला था अपना टाइम आएगा, अपना टाइम आएगा। ते टाइम रहने देने तो चंगी गल है। बिल्कुल ईमानदारी ना चैलेंज किसी को कुछ ला अपने मोबाइल ईमानदारी ना हो फिर तेन 70-75 रुपए। चलो जी फिलहाल वो तो बाद की बात है, बाद में देखी जाएगी। अभी देखते हैं कि देना बनता था नहीं इसकी माँ का। चलन तो अपने खराब चीज जानी लुटी होंगी चलो जी अब स्टार्ट करते हैं हम अपना मेकअप। चलो जी मैं ਤੇ ਕਹਿੰਦਾ ਮਾਫੀ ਦੇ ਦਿਓ। ਅੱਛਾ ਬਕਾ ਯਾਰ ਮੈਂ ਤੈਨੂੰ ਵੇਖੀ ਕਿੰਨਾ ਸੋਹਣਾ ਬਣਾਉਂਦੀ। ਤੂੰ ਵੇਖੀ, ਤੂੰ ਤੈਨੂੰ ਕੁੜੀਆਂ ਨੇ ਕਹਿਣਾ ਸਾਨੂੰ ਸੈੱਟ ਹੋਈ। ਅੱਛਾ ਸਾਨੂੰ ਬਸ ਤੂੰ ਵੇਖੀ, ਮੈਂ ਤੈਨੂੰ ਤੂੰ ਮੁੰਡਿਆਂ ਤੈਨੂੰ ਕਹਿਣ ਲੱਗ ਰਿਹਾ ਸਾਡਾ ਸੈੱਟ ਹੋਈ। ਸਮਝ ਰਹੇ ਹੋ? ਮੈਂ ਤੈਨੂੰ ਸਭ ਤੋਂ ਪਹਿਲੇ ਹਮ ਲਗਾਏਗੇ ਆਰਚੀ। ਆਰਚੀ ਲਾਉਂਗੇ ਤੂੰ ਪਹਿਲੇ। ਉਹ ਭਾਈ ਐਡੀ ਆਰਚੀ ਨਾ ਪਾ ਮੈਨੂੰ। ਅੱਛਾ ਬਕਾ ਮੈਂ ਤੈਨੂੰ ਲਾਣੀ ਆ, ਤੈਨੂੰ ਕਿਉਂ ਪਤਾ ਮੇਕਅਪ ਦੇ ਬਾਰੇ ਕੁੜੀ ਮੈਂ ਨਾ ਕਿ ਤੂੰ। ਬਾਤ ਸਹੀ ਹੈ। मुझे नहीं ਸਾਡੇ ਪਾਲੇ ਅੱਜ ਬਗੈਰਤੀ ਵਾਲੀ ਲੜਕਦਾ ਹੁੰਦੀਆਂ ਔਰੇਂਜ ਖਾਣਾ ਇੱਕ ਦਿਨ ਵਿੱਚ ਆਪਸ ਦੀ ਗੱਲ ਹੁੰਦਾ ਕੀ ਕੌਣ ਇਹ ਲੋਕ ਮਾਲਟਾਸ ਮਾਲਟਾ ਮਾਲਟਾ ਕਰੀ ਪਤਾ ਇਤਨੀ ਗੁਰਬਤ ਛਾਈ ਆ ਕੇ ਦੇਣ ਮੈਂ ਬੜਾ ਗੁਰਬਤ ਵਾਲਾ ਜ਼ੇਨ ਹੈ ਆਪਕਾ ਬਸ ਤੂੰ ਜੋਕ ਮਾਰਾ ਰੇ ਪਿੱਛੋਂ ਵੀ ਨਜ਼ਰ ਆ ਰਿਹਾ ਹੁੰਦਾ मिस्त्रियां ने हाथ ना ला तो आराम ना कर ਹੁਣ ਦੱਸੋ ਕੀ ਲਾਣਾ ਜੇ। ਅੱਛਾ ਤੈਨੂੰ ਪਤਾ ਹੈ ਮੈਨੂੰ ਪਤਾ ਤੁਸੀਂ ਚੂਜ਼ ਕਰੋ ਨਾ ਤੁਸੀਂ ਮੈਨੂੰ ਚੂਜ਼ ਨਹੀਂ ਕਰੋ ਕਰਨਾ ਹੀ ਕਰਨੀ ਤੇ ਮੋਟ ਜਾਣੀ ਚੁੱਪ ਕਰ ਬੇ ਕੁੱਤੇ ਐਦਾਂ ਮੈਨੂੰ ਨਾ ਕਰਨਾ ਵਾ ਮੇਰੀ ਵਾੜੀ ਏ ਅੱਜ। ਅੱਛਾ ਐ ਮੇਰੀ ਮੁੱਛਾਂ ਤੇ ਸਾਫ਼ ਕਰ।
कुछ नहीं तो होना ही हूँ, बस एक दो तीन तस्वीर खिंचांगी अपलोड करांगी टिकटॉक पे। आयो लाइनर लाइनर आने वाले अच्छा बंद है बंद अग बंद खुली नहीं नहीं जाए मैं मारांगी लगता राती दाल चावल खाते नहीं मतलब फोन कॉल की लाइन नहीं लानी है लव यू हूँ मस्कारा ला रहा है ना ते बजाय हा सही में छमिया सोना त्यार करना मेरे तो यकीन रख सारा कुछ लग गया हूं A few moments later. पर मुंह तो लाना बनोड़ा। ऐ की कीता ही मेना चंगा तो उन्हें कीता आसी वो जरी तेरी सेली नहीं सी। कौन? वो जरी तेरी सेली सी। अच्छा, वो सुनाने? वो सुनाने। वो मेना चंगा तो उन्हें कीता आसी यार तो तुम इन्हें अल्लाह माफी दो यार ते। यार वे तो सही। यार। चाहते रहे मुंह तो ना। ऐ तो मेना बदला लाया। बच्चियां दी चुड़ैल हुंदी है ਮੈਨੂੰ ਹੁੰਕਾਰ ਬਾਹਰ ਮੇਰੀ ਕੀ ਕੱਖ ਇੱਜ਼ਤ ਨਹੀਂ ਰਹੀ ਜੀ ਇਹ ਦੇਖੇ ਮੈਂ ਫਾਈਨਲੀ ਮੈਂ ਆਪਣਾ ਨਾ ਜੋ ਹੈ ਫੇਸ ਧੋ ਕੇ ਆਇਆ ਦੇਖੇ ਅਭੀ ਅਭੀ ਆਪਕੋ ਸਹੀ ਪਤਾ ਚੱਲੇਗਾ ਦੇਖੇ ਯਾਰ ਇਹ ਨੂਨ ਨੇ ਅੱਜ ਬੜਾ ਬੁੜਾ ਹਾਲ ਕਰਤਾ ਮੇਰਾ ਅੱਛਾ ਮੈਂ ਅੰਜ ਵੈਸੇ ਠੀਕ ਹਾਂ ਪੁੱਛਾ ਮੈਨੇ ਕੁਛ ਉਹ ਜਿੱਡਾ ਮਾਰਾ ਨਹੀਂ ਮੈਂ ਹੈਗਾ ਪਰ ਜੋ ਵੀ ਮੇਕਅਪ ਮੈਂ ਵਧੀਆ ਕੀਤਾ ਸੀ ਬਹੁਤ ਵਧੀਆ ਨਹੀਂ ਸੀ ਕੀਤਾ ਤੂੰ ਮੈਨੂੰ ਤੇ ਆਪਣੇ ਨਾਲ ਗੁੱਸਾ ਲਾਇਆ ਸੀ ਤੈਨੂੰ ਪਾਣੀ ਤੈਨੂੰ ਪਾਣੀ ਵਾਲਾ ਛਾਪੜ ਮਾਰਾਂਗਾ ਵਿੱਚ ਮਿਰਚਾਂ ਪਾ ਕੇ ਮਾਫ ਕਰੇ ਬਹੁਤ ਮਨੂਠ ਲੱਗ ਰਿਹਾ ਮੈਂ ਨਹੀਂ ਜਿੰਨਾ ਜਿੰਨਾ ਮੇਕਅਪ ਕਰਾਣਾ ਮੈਨੂੰ ਦੱਸ ਦੋ ਮੈਂ ਤਿਆਰ ਆ ਕਰਨ ਵਾਸਤੇ ਉਹ ਤੂੰ ਉਹਨਾਂ ਨੂੰ ਹੱਥੋਂ ਵੀ ਪੈਸੇ ਦਵੇਂ ਨਾ ਕਿ ਮੇਰਾ ਮੇਕਅਪ ਮੇਕੋ ਕਰਵਾ ਲਵੋ ਉਹਨਾਂ ਨੇ ਫੇਰ ਵੀ ਨਹੀਂ ਕਰਵਾਉਣਾ ਬਾਤ ਸਹੀ ਹੈ ਮੈਂ ਪਹਿਲਾਂ ਮੇਕਅਪ ਨਹੀਂ ਕਰਦੀ ਜੂਆ ਨਹੀਂ ਮੈਂ ਖੇਲਦੀ ਤੂੰ ਛਾਨਪੂਰੇ ਤੇ ਮੇਕਅਪ ਕਰਿਆ ਕਰ ਤੂੰ ਨਾ ਪਤੀਸੇ ਤੇ ਮੇਕਅਪ ਕਰਿਆ ਕਰ ਚਿੱਟਾ ਪਤੀਸਾ ਲੈ ਦੇ ਬਸ ਚਿੱਟਾ ਪਤੀਸਾ ਲੈ ਦੇ ਇਹ ਦੇਖੋ ਜੀ ਉਂਝ ਮੈਂ ਸਹੀ ਹਾਂ ਨਾ ਉਂਝ ਏਡਾ ਬੁਰਾ ਨਹੀਂ ਰਹਿਗਾ ਨਹੀਂ ਮੇਕਅਪ ਕਰਕੇ ਨੇ ਮੇਕਅਪ ਕਰਕੇ ਗੁੱਸਾ ਲਾਇਆ ਇਹਨੇ ਮੈਨੂੰ ਫਸਾਇਆ ਹੀ ਇਸ ਗੱਲੋਂ ਸੀ ਮੈਂ ਵੀ ਸੁੱਤਾ ਪਿਆ ਸੀ ਚੰਗਾ ਭਲਾ ਐ ਵੀ ਮੈਨੂੰ ਕਹਿਤਾ ਆ ਮੈਂ ਤੇਰਾ ਮੈਂ ਤੇ ਬੜਾ ਬੁਰਾ ਸੋਨਾ ਕਰਾਂਗੀ ਮੈਂ ਵੀ ਮੰਨ ਗਿਆ ਮੈਂ ਕਿਹਾ ਉਹਦੀ ਮੈਂ ਵੀ ਕੀਤਾ ਚਲੋ ਠੀਕ ਹੈ ਅੱਜ ਤੋਂ ਬਾਅਦ ਵਾਕਈ ਨਹੀਂ ਮੰਨਦਾ ਮੈਂ ਮੇਕਅਪ ਕਰਕੇ ਮੈਨੂੰ ਸੋਨਾ ਲੱਗ ਰਿਹਾ ਸੀ ਨਹੀਂ ਬਿਲਕੁਲ ਸੋਨਾ ਨਹੀਂ ਸੀ ਲੱਗ ਰਿਹਾ ਐ ਮੈਂ ਹੁਣ ਸੋਨਾ ਹੁਣ ਠੀਕ ਆ ਐਸੇ ਮੈਂ ਪਹਿਲੇ ਨਾਲ ਨਹੀਂ ਮੰਮ ਲੋ ਜੀ ਮੈਂ ਆਇਆ ਹੁਣ ਨੈਣ ਭਾਈ ਦੇ ਕੋਲ ਤੇ ਨੈਣ ਭਾਈ ਨੇ ਮੈਨੂੰ ਐਸੀ ਬੀਨ ਸੁਣਾਈ ਏ ਯਕੀਨ ਕਰੋ ਉਹ ਕਹਿੰਦੇ ਨੇ ਲੋਕਾਂ ਦੇ ਇੱਕ ਪਾਸੇ ਨੇਕੀ ਦਾ ਤੇ ਦੂਸਰੇ ਪਾਸੇ ਬਦੀ ਦਾ ਮੇਰੇ ਦੋਵਾਂ ਪਾਸੇ ਬਦੀ ਦੇ ਨੇ ਇਹ ਕਹਿ ਦੇ ਕਰਸਲ ਮੈਂ ਦੱਸੋ ਕੀ ਕਰਾਂ ਆਪਣਾ ਕੰਮ ਕਰਨਾ ਕਰਦੇ ਯਾਰ ਕੁਛ ਉਹ ਜਿਹੜਾ ਮੈਂ ਤੈਨੂੰ ਕਿਹਾ ਚਲੋ ਮਾਣਾ ਮੋੜ ਦਾ ਕਲੰਦਰ ਮੈਂ ਦੁਨੀਆਂ 'ਚ ਬੜੇ ਝੂਠੇ ਵੇਖੇ ਲੇਕਿਨ ਇਹਦੇ ਵਰਗਾ ਨਹੀਂ ਵੇਖਿਆ ਅੱਛਾ ਤੇ ਮੈਨੂੰ ਇਹਦੇ ਵਰਗਾ ਲੱਭਣਾ ਵੀ ਨਹੀਂ ਕਿਧਰ ਇੱਕ ਹੋਰ ਆ ਗਈ ਜੀ ਬਦ ਬਲਾ ਇੱਧਰ ਆਏ ਮੂੰਹ ਆ ਆਪਣਾ ਇਤਨੇ ਮਨੁੱਖ ਲੱਗ ਰਹੇ ਖੌਫਨਾਕ ਡਕੈ ਕੀ ਪਾਣੀ ਵੀ ਬੰਦ ਕਰ ਬੂਆ ਤੈਨੂੰ ਸਮਝ ਨਹੀਂ ਆ ਰਹੀ ਲੋ ਜੀ ਹੁਣ ਮੈਂ ਕਰਨਾ ਇੱਥੇ ਅੱਜ ਦੇ ਦਿਨ ਦਾ ਇੱਕ ਤਾਂ ਬੜਾ ਮਜ਼ਾ ਆਇਆ ਤੂੰ ਕਿਹਾ ਮੈਂ ਦੁਨੀਆ ਦੇ ਤੇਰੇ ਤੋਂ ਪਤਾ ਦੋਨਾਂ ਕੋਈ ਨਹੀਂ ਨਹੀਂ ਤੇਰੇ ਤੋਂ ਝੂਠਾ ਨਹੀਂ ਤੇਰੇ ਹੀ ਮਾੜੀ ਨਾ
सारी शूटिंग होनी है। जा यार तू जाके देख ले मंगो शायद करोगे यार बैग साथी। लो जी मैं इतने करना अज्जे दिन का काम पहले 10 बजे खाने तू सच्चा कल झूठ तू सच्चा ओके तू उत्ते जा उत्ते जा के सब हो चल जाओ चल 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 निकल यहां से खुश फिर हो जी हो तू जा कल तू भी वेखी बचिया ओके अल्लाह हाफिज़।